मेरी ता गल नहीं सुन दे, ओ जद कसूर कर दे तू बेचारे ही बगड़ दे रहल करा लै कर दे कर दे जाना है ओ तेरी पाणू की हो गया मेरे छड़ छाले दिए करता मैक्स वेजिटेबल टट्टू बेचारा ही खराब हो गया प्रौणा हुन कदे मेरा सड़क कस टुट गया कथे मेरा सड़क कस टुट गया कथे मेरा सड़क कस टुट गया टाइम तो देख ला किन्ना हो गया टाइम नु मैं भाखड़ा टाइम ते लग्या भी मैं पानी छड़ने अपट्रोल अगले दे जमने सेल तो रही है बरजाचे मैं सौरी नहीं गया मेरे साले उथे मुर्गे बनाई बैठे है अलता सुनना मेरी छड़ते इधर नु साथ ठीक है ना अपट्रोल सानू भी नाल जाए देखो जे आवांगे यार जार ता चले फिर जार ते चले बंदे खरनिया बहुत सोनिया बनिया कनक बीज के मजे नु पट्ठे वादे करे चल फोरमैन साहब ਆਫਟਰਲ ਮੈਂ ਵੀ ਫੋਰਮੈਨ ਹੈ ਜੀ ਖੇਤ ਟਰੈਕਟਰ ਖੋਲ ਵਾਲੇ ਨੇ ਇਹਨਾਂ ਚਾਚਾ ਕੁੰਡਾ ਵੰਡੀ ਕੁੱਟ ਦੇਵਾ ਫੜਾ ਦੇ ਸਕਨ ਆਪਣੇ ਨੂੰ ਚਾਚਾ ਜਿਹੜੇ ਵੀਰਵਾਲ ਵਾਲੇ ਨੇ ਸਭ ਤੋਂ ਵਧੀਆ ਇਹ ਗਰੰਟੀ ਹੈ ਅਗਲੇ ਦੀ ਠੀਕ ਹੈ ਨਾ डांस करावा तेनू डांस करावा नच पत माड़ा जा डांस कर डांस कर एक करी होर पत्त बन के एक करी होर नजारा आ गया तैनू नजारा आया ठीक है ना मेरे नजारे का की है मेरे साले तो एक गल तो है मशीनी जोग ने नजारा लिया था अगे मेरा साला तविया ना बहुदे फिर हड़ा ना बहुदे मक्की पा के हम एक करी च गाजर गुला नबेड़ देंगे ठीक है ना सारी मक्की घरों पा लिया है मेरा सारा कबजर कमडा मेरा सड़ा वो के हो जू रेत भी सारा बच्चे ही पै गया मेरा सड़ा ठीक है ना हाँ भाई ठीक हो रेडी हो ठीक है ना जय विश्वकर्मा दी जय हो विश्वकर्मा दी भी शांत बनाने तो बारे बारे जाइए ठीक है ना ले मिनटो मिनट ही चबल कचौडा कर दू शांत बहुत तकड़े चल भी मेरा शेर बग्या हो जा करा तैयार साधन बहुत बड़े बड़े आ गए करनैल से लै भी चल करा मेरा पत हो जा शुरू करा करा तेन स्टेल्ट करनैल से जो कोई भी काम वह मुआयना करना जरूरी होंगे हूँ तू पहले फसल बीजन लग गया आफ्टरऑल सब तो पहला तू मुआयना कर बाण दा ठीक है ना ये है मैनू लगता ट्रैक्टर से वाहन किवें लग रहा है नहीं सुख पूरी है थोड़ा जहा वाहन वध सुक गया गिल घट है मैनू लगता चाचा से गाले ने कटे होवे ना तो होवे आई उम्मीद दिया जहल दादा चा चढ़िया पे सोना लीका कहदा लिया छो मेरे साले ने ऊ लाती ठीक है ना की लगता बीज दिए खिंच लेंगे कोई प्रॉब्लम तो नहीं इट इज नो मोर बस ठीक है पतला फिर मैं लाने लग्या हूँ रूटिया बीच यह लै भी करनैल से बचाले भी बगड़ते रहल करा लै करा बाबे का ना ठीक है ना चरण भूडिया जी प्यारा नहीं लिया सकता मेरा करने
ਜੋਰੀ ਭਾਣ ਨੂੰ ਕੀ ਹੋ ਗਿਆ ਮੇਰੇ ਛਾਲੇ ਦੇ ਨੂੰ ਤੇ ਜੋਰੀ ਵਾਲਾ ਲਵਾਈ ਆਉਂਦਾ ਜਾਂ ਟਰੈਕਟਰ ਤੇ ਹੋ ਕੀ ਗਿਆ ਉੱਤਰ ਕੇ ਦੇਖੀਏ ਮੇਰੇ ਛਾਲੇ ਦੇ ਨੂੰ ਇਹ ਹੋਰ ਯਾਰ ਮੇਰਾ ਛਾਲਾ ਖੜਕਾ ਇੰਨਾ ਕਿ ਮੇਰੇ ਬੰਬ ਡਿੱਗ ਗਿਆ ਹੁੰਦਾ ਓਏ ਚੱਕਰ ਕੀ ਹੈ ਚੱਕਰ ਕੀ ਹੈ ਅਰੇ ਤਾਂ ਗੇੜਾ ਡੂੜ ਲਿਆਂਦਾ ਹੈ ਤੇਰਾ ਬਈ ਜੇ ਬੇੜਾ ਲੜੇ ਤੇਰੇ ਨਾਗ ਤੇਰੇ ਓਏ ਹਲੇ ਤਾਂ ਗੇੜਾ ਅੱਧਾ ਵੀ ਨਹੀਂ ਲਿਆਂਦਾ ਹੈ ਚਾਚਾ ਸਾਂ ਸਿਫਤਾਂ ਕਰਦਾ ਸੀ ਅਗਰ ਤਬਗਿਆਂ ਨਾਲ ਨਹੀਂ ਵਾਹੁਣ ਦੀ ਲੋੜ ਹੜਾਂ ਨਾਲ ਨਹੀਂ ਵਾਹੁਣ ਦੀ ਲੋੜ ਸਾਰਾ ਕੁਛ ਮਿਕਸ ਵੈਜੀਟੇਬਲ ਹੀ ਕਰ ਦਿੰਦਾ ਕਰਤਾ ਮਿਕਸ ਵੈਜੀਟੇਬਲ ਟੱਟੂ ਵਿਚਾਰਾ ਹੀ ਖਰਾਬ ਹੋ ਗਿਆ ਪ੍ਰਾਹੁਣਾ ਹੁਣ ਤੇ ਹੁਣ ਗੇੜਾ ਤਾਂ ਡੂੜ ਲਿਆਂਦਾ ਆਫਟਰ ਆਲ ਠੀਕ ਹੈ ਨਾ ਡੂੜ ਗੇੜੇ 'ਚ ਭਿਆ ਬੋਲ ਗਈ ਇਹ ਕਿਹੜਾ ਰੂਟਾ ਬੀਟਰ ਹੈ ਹੈਂ ਦੇਸੀ ਦੇਸੀ ਹੁੰਦੇ ਆ ਲਿਆਂਦੇ ਨੂੰ ਤੈਨੂੰ ਚਿਰ ਕਿੰਨਾ ਕੁ ਹੋਇਆ ਮੇਰੇ ਸਾਲੇ ਹਲੇ ਤਾਂ ਜਿੰਨਾ ਤੋਂ ਪੈਸੇ ਦਿੱਤੇ ਆ ਉਹਨਾਂ ਦੇ ਪੈਸੇ ਵੀ ਨਹੀਂ ਗਿਣੇ ਹੋਣੇ ਠੀਕ ਹੈ ਨਾ ਤੂੰ ਤਾਂ ਫਿਰ ਪਹਿਲਾਂ ਹੀ ਖਰਾਬ ਹੋ ਗਿਆ ਫਿਰ ਇਹ ਉਹ ਜਿਹਾ ਚਾਚਾ ਜੀ ਹੈ ਵੀ ਕਿਸੇ ਕੰਪਨੀ ਦਾ ਲੈ ਕੋਈ ਚੱਜ ਹਾਲ ਦਾ ਲੈ 20,000 ਰੁਪਏ ਸਸਤੇ ਦੇ ਮਗਰ ਮਰ ਗਿਆ ਤੂੰ ਹੈਂ ਕਦੇ ਮੇਰੇ ਸਾਲੇ ਦਾ ਸਪੈਂਡਲ ਟੁੱਟ ਗਿਆ ਕਦੇ ਮੇਰੇ ਸਾਲੇ ਦੀ ਕਹੀ ਜੀ ਥੱਲਿਓਂ ਟੁੱਟ ਗਈ ਕਦੇ ਮੇਰਾ ਸਾਲਾ ਕੁਛ ਟੁੱਟ ਗਿਆ ਕਦੇ ਮੇਰਾ ਸਾਲਾ ਕੁਛ ਟੁੱਟ ਗਿਆ ਕਦੇ ਮੇਰਾ ਸਾਲਾ ਕੁਛ ਟੁੱਟ ਗਿਆ ਹੈ ਤੂੰ ਤਾਂ ਫਿਰ ਸ਼ਰਮੀ ਲੈ ਲਈ ਫਿਰ ਇੱਕ ਅੱਧੀ ਚੀਜ਼ ਖਰਾਬ ਹੋਈ ਮੰਨ ਲਿਆ ਤੂੰ ਤਾਂ ਫਿਰ ਸ਼ਹਿਰਾਂ ਕੁਛ ਖਰਾਬ ਕਰੀ ਤੁਰੇ ਆਉਂਦੇ ਫਿਰ ਚੱਲ ਉੱਥੇ ਛਾਵੇਂ ਚੱਲ ਮਨਾ ਪਹੀ ਤੇ ਹੋਰ ਉਹ ਤੇਰਾ ਕੋਈ ਕਸੂਰ ਨਹੀਂ ਮੈਂ ਤੈਨੂੰ ਨਹੀਂ ਕੁਛ ਕਿਹਾ ਠੀਕ ਹੈ ਨਾ ਮੈਂ ਤਾਂ ਮਗਰ ਰੂਟਾ ਬੀਟਰ ਨੂੰ ਕਹਿ ਰਿਹਾ ਠੀਕ ਹੈ ਨਾ ਤੂੰ ਆਫਟਰ ਆਲ ਵਧੀਆ ਚੱਲ ਰਿਹਾ ਇਹ ਤੂੰ ਤਾਂ ਮਾਰਦਾ ਧੱਕੇ ਠੀਕ ਹੈ ਨਾ ਮੇਰੇ ਸਾਲੇ ਦਾ ਇੰਨਾ ਚਾ ਸੀ ਨਾ ਕਿ ਚਾਚਾ ਸੇ ਤਾਂ ਛਾਵਾ ਛੇ ਲਵਾਂਗੇ ਤੇਰੀ ਵੱਜੀ ਸੀ ਮੇਰੇ ਸਾਲੇ ਦੀ ਖੜਜ ਤੂੰ ਮੇਰੇ ਕਿਉਂ ਵੱਜਦੀ ਹੈ ਮੈਂ ਕੀ ਕਰੀ ਜਾਂਦਾ ਤੇ ਟਾਈਮ ਤਾਂ ਵੇਖ ਲੈ ਕਿੰਨਾ ਹੋ ਗਿਆ ਨਾ ਟਾਈਮ ਨੂੰ ਮੈਂ ਭਾਖੜਾ ਟਾਈਮ ਤੇ ਲੱਗਿਆ ਵੀ ਮੈਂ ਪਾਣੀ ਛੱਡਣਾ ਏ ਮੈਰ ਦੀਆਂ ਗੱਲੀ ਗਲੋਰੀਆਂ ਜੀਆਂ ਬੰਦੇ ਦਾ ਤੂੰ ਦੇਖਦੀ ਨੀ ਮੇਰਾ ਸਾਲਾ ਗੁੱਛਾ ਚੜਿਆ ਪਿਆ ਮੈਨੂੰ ਉੱਥੇ ਮੇਰੇ ਭਾਈ ਡੀਕਦੇ ਹੋਣਗੇ ਰੱਖੜੀ ਬੰਨਣ ਜਾਣਾ ਨਹੀਂ ਮੇਰੇ ਸਾਲੇ ਦੀਏ ਮੈਨੂੰ ਕੀ ਪਤਾ ਸੀ ਮੈਨੂੰ ਤਾਂ ਐਂ ਸੀ 15 ਮਿੰਟਾਂ 'ਚ ਮੱਕੀ ਬੀਜ ਕੇ ਆ ਜੂੰ ਆ ਚਾਚਾ ਸਾਹਿਬ 3 ਮਹੀਨੇ ਹੋ ਗਏ ਨਵਾਂ ਲਿਆਂਦਾ ਕਦੇ ਮੇਰੇ ਸਾਲੇ ਦਾ ਮਗਰੋਂ ਪੱਤੀ ਜੀ ਨਿਕਲ ਜਾਂਦੀ ਹੈ ਕਦੇ ਮੇਰੇ ਸਾਲੇ ਦੀ ਚੇਨ ਟੁੱਟ ਜਾਂਦੀ ਹੈ ਕਦੇ ਮੇਰਾ ਸਾਲਾ ਰੂਟਾ ਬੀਟਰ ਦਾ ਜਿਹੜਾ ਗਾਜਰ ਗੁੱਲਾ ਹੈ ਉਹਦਾ ਕੁਛ ਟੁੱਟ ਜਾਂਦਾ ਠੀਕ ਹੈ ਨਾ ਇਹ ਤਾਂ ਇੱਥੇ ਮੈਂ ਅੱਕਿਆ ਪਿਆ ਤੂੰ ਚੁੱਪ ਕਰਕੇ ਜਿਆ ਜਾ ਕੇ ਰੱਖੜੀ ਬੰਨ ਕੇ ਵੜਿਆ ਇੱਥੇ ਤੂੰ ਲੱਟੂਆਂ ਦਾ ਡੱਬਾ ਲੈ ਮੈਂ ਨਹੀਂ ਕਿ ਬਾਣੀ ਕਿ ਮੈਂ ਨਿਕਲੀ ਜਾਂਦੀ ਮੈਂ ਤਾਂ ਨਾਲ ਲੈ ਕੇ ਜਾਊਂਗਾ ਮੈਂ ਤੂੰ ਜਾਵੜਾ ਮੈਂ ਪਿਆ ਅੱਕਿਆ ਸੂਈ ਮੇਰੀ ਸੌ ਤੇ ਹੈ ਚੱਪ ਕਰਕੇ ਜਾਵੜਾ ਕੱਲੀ ਮੰਨ ਜਾ ਗੱਲ ਮੈਂ ਨਹੀਂ ਕਿ ਮੈਂ ਨਹੀਂ ਜਾਂਦੀ ਮੈਂ ਜਾਂਦੀ ਨਹੀਂ ਕਿ ਹਾਂ ਮੈਂ ਨਹੀਂ ਜਾਂਦੀ ਆ ਜਾ ਫਿਰ ਮੈਂ ਤੈਨੂੰ ਇੱਕ ਮੜਾ ਜਿਹਾ ਸਰਪ੍ਰਾਈਜ਼ ਤੇਰੇ ਹੱਥ ਰੱਖੀ ਬੈਠਾ ਮੈਂ ਮੈਨੂੰ ਪਤਾ ਹੈ ਵੀ ਆਫਟਰ ਆਲ ਤੂੰ ਕਿਵੇਂ ਜਾਏਂਗੀ ਠੀਕ ਹੈ ਨਾ ਇੱਧਰ ਮੈਂ ਜਾ ਮਰਮੇ ਚ ਮੈਨੂੰ ਪੈਸੇ ਦੇਵੇਂਗਾ ਪੈਸੇ ਦਿੰਦੇ ਤੈਨੂੰ ਨਾਲ ਲੱਡੂਆਂ ਦਾ ਡੱਬਾ ਦੇ ਰਿਹਾ ਬਰਫੀ ਦਾ ਡੱਬਾ ਦੇ ਰਿਹਾ ਠੀਕ ਹੈ ਨਾ ਠੀਕ ਹੈ ਸਾਰੇ ਪਾਸ ਉੱਥੇ ਜਾ ਕੇ ਨਾਲ ਮੈਂ ਤੇਰੀ ਮੈਂ ਜਨਾਨੀ ਕੁੱਟ ਬੈਠਾ ਅੱਗੇ
ਉਹ ਵੀ ਕੀ ਕਰੇ ਵਿਚਾਰੀ ਨੇ ਸਿਆਲ ਬਾਅਦ ਪੇਕੀ ਜਾਣੇ ਇੱਕ ਲੈ ਗੱਡੀ ਚੱਕੀ ਆਉਂਦਾ ਵੱਡਾ ਨਾਡੂ ਖੈ ਪੈਕੀ ਚੱਲ ਰੱਖਣੀ ਬੰਨਣ ਤੂੰ ਤਾਂ ਫਿਰ ਮੇਰੀ ਤਾਂ ਗੱਲ ਨੀ ਸੁਣਦਾ ਬੀਜ ਮੈਂ ਹੁਣ ਹੱਥਾਂ ਨਾ ਪੱਟ ਕੇ ਦਿੰਦਾ ਆ ਤੇਰਾ ਜਿਹੜਾ ਕੁਛ ਲਿਆਂਦਾ ਰੋਜ਼ ਖਰਾਬ ਹੋ ਜਾਂਦਾ ਕਦੇ ਇਹਦਾ ਕੁਛ ਟੁੱਟ ਗਿਆ ਇਹਦਾ ਬੈਰਿੰਗ ਟੁੱਟ ਗਿਆ ਮੂਹਰੇ ਕਣਕ ਬੀਜਣੀ ਡੰਗ ਕਹਿੰਦੇ ਨੇ ਨਾ ਉਹ ਚੱਲਦਾ ਤਾਂ 2 ਮਿੰਟ ਨੀ ਕੁਛ ਨਾ ਕੁਛ ਟੁੱਟ ਜਾਂਦਾ ਇਹ ਤਾਂ ਕਵਾੜ ਹੈ ਓਏ ਡੰਗ ਲਾ ਲਾ ਯਾਰ ਤੂੰ ਡੰਗ ਲਾ ਲਾ ਇਹਦਾ ਤੂੰ ਜਾਣਦਾ ਤੂੰ ਜਾਣ ਕੇ ਤੋੜਿਆ ਨੂੰ ਯਾਰ ਸਾਰਾ ਕੁਝ ਪਤਾ ਯਾਰ ਓ ਯਾਰ ਨਿਓੜ ਨਹੀਂ ਚੱਲਦੇ ਨਾ ਲੈ ਤੈਨੂੰ ਕਿੰਨੇ ਹੋਣੇ 6 ਮਹੀਨੇ ਹੋਣੇ ਨੂੰ ਲੈ ਤੈਨੂੰ ਯਾਰ ਓਏ ਚਾਚਾ ਕਵਾੜ ਆ ਓਏ ਤੇਰੇ ਮੂਰੇ ਹੱਥ ਬੰਨੇ ਕਵਾੜ ਆ ਕਵਾੜ ਕੋਈ ਨਹੀਂ ਹੈਗਾ ਯਾਰ ਤਾਂ ਜਾਣ ਕੇ ਤੋੜਿਆ ਓ ਜਾਣ ਕੇ ਦਿਆਸ ਮੈਂ ਇਹਦੇ ਵਿੱਚ ਗਾ ਮੇਰੇ ਸਾਲੇ ਦਾ ਲੋਹਾ ਪਾ ਤੇ ਭਰਾ ਉਹਦੇ ਚਾਬੀ ਟੱਟ ਦੀ ਮਾਰ ਕੇ ਚਾਬੀ ਵਿੱਚ ਹੀ ਆ ਮਾਰਦਾ ਗੱਲਾਂ ਦੀਆਂ ਤੂੰ ਭਰਾ ਚਾਬੀ ਯਾਰ ਓਏ ਯਾਰ ਚਾਬੀ ਵਿੱਚ ਹੀ ਆ ਇਹ ਚੰਡੀਗੜ੍ਹ ਕਰ ਮੈਨੂੰ ਜਾ ਕੇ ਲੈ ਜੂ ਛੜਿਆ ਵੇ ਰੂਟਾ ਬੀਟਰ ਚੱਕੀ ਫਿਰਦਾ ਮੈਂ ਸੌਰੀ ਨਹੀਂ ਗਿਆ ਮੇਰੇ ਸਾਲੇ ਉੱਥੇ ਮੁਰਗੇ ਬਣਾਈ ਬੈਠੇ ਆ ਵੀ ਸਾਡਾ ਪ੍ਰਾਹੁਣਾ ਆਊਗਾ ਨਾਲ ਰੱਖਣੀਆਂ ਭੈਣ ਸਾਡੀ ਬੰਨਣੇ ਆਊ ਤੇਰੇ ਮੁਰਗੇ ਆਪਣੇ ਬਿਠਣੇ ਤੇਰੇ ਸਾਰੇ ਅਰੇ ਦਾਲ ਮੂੰਗੀ ਦੇ ਉਹਨੇ ਖਾਣ ਨੂੰ ਨਹੀਂ ਸਾਲਾ ਬਣਾਇਆ ਕੀ ਨਹੀਂ ਮੈਨੂੰ ਪਤਾ ਮਲਾਂਗਾ ਚਾਚਾ ਮੇਰੇ ਸਾਰੇ ਫੁੱਦੂ ਬੰਦੇ ਆ ਤਾਂ ਠੀਕ ਹੈ ਇਸ ਗੱਲ ਦਾ ਮੈਂ ਸਪਸ਼ਟੀਕਰਨ ਕਰਦਾ ਆ ਕਿਤਰਾਉਂਦਾ ਓਏ ਜੀ ਤੂੰ ਓ ਕੱਲਿਆ ਤੂੰ ਓ ਗੱਲ ਤਾਂ ਸੁਣ ਲੈ ਮੇਰੀ ਨਹੀਂ ਸੁਣ ਕਿਓ ਓ ਗੱਲ ਸੁਣ ਲੈ ਯਾਰ ਨਹੀਂ ਨਹੀਂ ਲੜਾਈਆਂ ਚੱਲੀ ਜਾਂਦੀਆਂ ਇਹਨਾਂ ਨੂੰ ਗੱਲ ਸੁਣੋ ਅੱਗੇ ਅਸੀਂ ਲੜੀ ਜਾਂਦੇ ਹਾਂ ਇਹ ਨਾ ਹੋਵੇ ਸਾਡੀ ਲੜਾਈ ਚ ਤੁਹਾਡੀ ਲੜਾਈ ਪੈ ਜਾਏ ਗੱਲ ਸੁਣਿਆ ਖਰਾਬ ਹੋਇਆ ਪਿਆ ਯਾਰ ਰੂਟਿਆ ਬੀਟਰ ਜੇ ਮੇਰਾ ਸਾਲਾ ਰੋਜ਼ ਹੀ ਖਰਾਬ ਰਹਿੰਦਾ ਓ ਮੇਰਾ ਸਾਲਾ ਸੁਪਰ ਸੀਡਰ ਹੈ ਓ ਯਾਰ ਸੁਪਰ ਸੀਡਰ ਹੋਊਗਾ ਪਿਛਲੇ ਸੀਜ਼ਨ ਹੀ ਲਿਆਤਾ ਹਜੇ 8 ਮਹੀਨੇ ਹੋਣੇ ਲਿਆ ਤੈਨੂੰ ਹਜੇ 2 ਮਹੀਨੇ ਹਜੇ ਬਾਕੀ ਨੇ ਕਿਹੜੇ ਸਾਲੇ ਨੇ ਪਹਿਲਾਂ ਹੀ ਤੋੜਤਾ ਨਾ ਮੈਨੂੰ ਇੱਕ ਗੱਲ ਦੱਸ ਬਾਈ ਆ ਦੇਸੀ ਆ ਯਾਰ ਆ ਦੇਸੀ ਹੈ ਓਏ ਬਾਈ ਇਹ ਕਵਾੜ ਹੈ ਕਵਾੜ ਆਹੋ ਜਮਾ ਦੇਸੀ ਹੈ ਕਿਆ ਆ ਗਿਆ ਯਕੀਨ ਹੈ ਓਏ ਤੋ ਰਿਆ ਯਾਰ ਚੁੱਪ ਕਰ ਮੇਰੀ ਗੱਲ ਸੁਣ ਲੈ ਵੀਰ ਵੱਲ ਕੀ ਨੀ ਹੈਗੇ ਚੀਮੇ ਵਾਲੇ ਉਹਨਾਂ ਨੇ ਨਵਾਂ ਸੁਪਰ ਸੀਡਰ ਲਾਂਚ ਕੀਤਾ ਅੱਛਾ ਹਾਂ ਉਹ ਲਿਆਓ ਮੈਂ ਵੀ ਲੈ ਕੇ ਆਇਆ ਥੋੜੇ ਦਿਨ ਹੀ ਹੋਇਆ ਲਿਆਂਦਾ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੈ ਕੱਢਣ ਲੈ ਕੇ ਨਵਾਂ ਆਫਰ ਦਿਖਾ ਦਿੰਦਾ ਨਾ ਸਾਨੂੰ ਹੁਣ ਕੀ ਕਰਨਾ ਮੱਕੀ ਬੀਤੀ ਅੰਦਰ ਰਾਦਾ ਹੁਣ ਕਣਕ ਬੇਲੀ ਕੱਢੂਗਾ ਅੱਛਾ ਬੜਾ ਮਲਾਈ ਵਾਂਗੂ ਚੱਲਦਾ ਬੜਾ ਘੈਂਟ ਨਾ ਗਾਰੰਟੀ ਗਰੰਟੀ ਵੀ ਉਹਦੀ ਕੋਈ ਉਹ ਬਾਈ ਸੀਜ਼ਨ ਦੀ ਗਰੰਟੀ ਹੈ ਪੂਰੇ ਦੀ ਮੇਰੀ ਗੱਲ ਸੁਣ ਲੈਣਾ ਇੱਕ ਹੋਰ ਆ ਹੁਣ ਜੇ ਖਰਾਬ ਹੋ ਗਿਆ ਤੁਹਾਡਾ ਉੱਥੇ ਲਿਜਾਣਾ ਪਊਗਾ ਵਰਕ ਸਾਹਿਬ ਚ ਇਹ ਤਾਂ ਕਵੈੜ ਜੇ ਦੇ ਜਾਣਾ ਪੈਣਾ ਉਹ ਫੀਲਡ 'ਚ ਸਰਵਿਸ ਦਿੰਦੇ ਨੇ ਬਾਈ ਖੇਤ ਆ ਕੇ ਠੀਕ ਕਰਕੇ ਜਾਣਗੇ ਜਿੱਥੇ ਖਰਾਬ ਹੋ ਗਿਆ ਦੇਖੋ ਦੇਖ ਚਾਚਾ ਜਿਹੜੇ ਵੀਰ ਵੱਲ ਵਾਲਿਆਂ ਨੇ ਸਭ ਤੋਂ ਵਧੀਆ ਗਰੰਟੀ ਹੈ ਅਗਲੇ ਦੀ
ਠੀਕ ਹੈ ਨਾ ਸੀਜ਼ਨ ਚ ਇਹਨੇ ਦੱਸਿਆ ਵੀ ਠੀਕ ਕਰਕੇ ਜਾਂਦੀ ਹੈ ਇਹ ਨਾ ਗੱਲ ਸੁਣੋ ਮੇਰੀ ਪਹਿਲਾਂ ਤੂੰ ਮੈਨੂੰ ਕਹਿੰਦਾ ਸੀਗਾ ਆਹ ਵਧੀਆ ਆਹ ਰੰਗ ਵਧੀਆ ਹੁਣ ਤੇਰੇ ਬੇਫਟ ਹੋ ਗਿਆ ਹੈ ਯਾਰ ਜਦੋਂ ਜਵਾਕ ਜਾਂਦਾ ਅਸੀਂ ਕਹਿੰਨੇ ਆ ਬਾਲਾ ਵਧੀਆ ਵੱਡਾ ਹੋ ਗਿਆ ਫੁੱਦੂ ਨਿਕਲ ਜਾਂਦਾ ਬੰਦੇ ਦਾ ਕੀ ਕਸੂਰ ਹੈ ਇਹਦਾ ਮੇਰੀ ਸਾਲੀ ਉਦਾਹਰਨ ਦੇਊਗਾ ਇਹ ਉਦਾਹਰਨ ਦੇਊ ਜਿਹੜੀ ਕਿਤੇ ਸੁਣੀ ਓਏ ਸਹੀ ਗੱਲ ਆ ਉਹਦੀ ਚੀਜ਼ ਦਾ ਵਰਤੇ ਤੇ ਪਤਾ ਲੱਗਦਾ ਨਾ ਵਧੀਆ ਨੇ ਬੰਦੇ ਯਾਰ ਉਹ ਬੰਦੇ ਲੈ ਯਾਰ ਤੂੰ ਕਮਾਲ ਦੀ ਗੱਲ ਕਰਦਾ ਮੇਰੀ ਗੱਲ ਅਮਨੇ ਸਾਨੂੰ ਉੱਥੇ ਲੈ ਕੇ ਚੱਲ ਚਾਚਾ ਉਹ ਲਿਆਉਣੀ ਹੈ ਯਾਰ ਉਹ ਯਾਰ ਲੈ ਆਵਾਂਗੇ ਯਾਰ 5-7 ਦਿਨ ਅੱਜ ਨਹੀਂ ਹੁਣੇ ਹੀ ਚੱਲ ਓਏ ਲੈ ਆਵਾਂਗੇ 5-7 ਦਿਨ ਯਾਰ ਮੈਂ ਤਾਂ ਮੱਕੀ ਨੇ ਮੇਰਾ ਬੀਜਣੀ ਆ ਚੱਲ ਚਾਚਾ ਲੈ ਕੇ ਆਉਂਦੇ ਆ ਚੰਗਾ ਚੰਗਾ ਲੈ ਆਵਾਂਗੇ 5-7 10 ਦਿਨਾਂ ਨੂੰ ਲੈ ਆਵਾਂਗੇ ਓਏ ਪੰਜਾ ਤਾਂ ਯਾਰ ਤਾਂ ਚੱਲੇ ਯਾਰ ਤਾਂ ਚੱਲੇ ਯਾਰ ਤਾਂ ਚੱਲੇ ਫਿਰ ਹਾਂ ਜਾਦਾ ਹੁਣੇ ਹੀ ਲਿਆ ਕੋਈ ਨਾ ਘਬਰਾ ਨਾ 5-7 10 ਦਿਨਾਂ ਨੂੰ ਲੈ ਆਵਾਂਗੇ ਓ ਮੇਰਾ ਹਿਸਾਬ ਕਰ ਓਏ ਸੱਟ ਮੇਰੇ ਪੈਸੇ ਹੁਣੇ ਹੀ ਸੱਟ ਪੈਸੇ ਓਏ ਲੈ ਆਵਾਂਗੇ ਯਾਰ ਯਾਰ ਤਾਂ ਚੱਲੇ ਯਾਰ ਤਾਂ ਚੱਲੇ ਫਿਰ ਯਾਰ ਤਾਂ ਚੱਲੇ ਓਏ ਯਾਰ ਫਿਰ ਹੁਣੇ ਹੀ ਚੱਲ ਓਏ ਯਾਰ ਅਮਨੇ ਚੱਲ ਨਾਲ ਸਾਡੇ ਯਾਰ ਅਮਨੇ ਪਹਿਲਾਂ ਨਹੀਂ ਸੀ ਮਾਨ ਯਾਰ ਹੁਣ ਲੈ ਕੇ ਦੇਣਾ ਪਊਗਾ ਉਹ ਬਾਈ ਸੀਜ਼ਨ ਤੇ ਬਹੁਤ ਔਖਾ ਗੁਰੂ ਤੁਹਾਨੂੰ ਮੈਂ ਤੁਹਾਨੂੰ ਸਿੱਧੀ ਗੱਲ ਕਰ ਲਿਆ ਮੜਾ ਕਰੇ ਨਾ ਨਾ ਸਿੱਧੇ ਗੱਡੀ ਕੋਲੇ ਖੇਤ ਉੱਥੇ ਚੱਲਦੇ ਆ ਚਾਚਾ ਹੁਣੇ ਜਾਣਾ ਫਿਰ ਹੋਰ ਚਾਚਾ 15 ਕਿਲੋਮੀਟਰ ਆਪਣੇ ਪਿੰਡ ਤੇ ਹੈ ਤਾਂ ਖੜਾ ਹੁਣੇ ਕੁੰਡੀ ਬੱਟਾ ਕੱਟ ਕੇ ਆਉਨੇ ਅੱਜ ਹੀ ਮੱਕੀ ਬੀਜਦੇ ਆ ਪੈਟਰੋਲ ਉਹਦੇ ਨੇ ਅੱਛਾ ਕੀ ਲਾ ਤਲੀ ਅਮਨੇ ਆ ਜਾ ਯਾਰ ਆ ਜਾ ਤਲੀ ਚਲ ਆ ਜਾ ਹੁਣ ਉਹ ਮੇਰੀ ਗੱਲ ਸੁਣ ਉਹ ਗੱਲ ਸੁਣ ਉਹ ਗੱਲ ਸੁਣ ਹੈ ਇਹਨੂੰ ਲੈ ਚਲੋ ਟਰੈਕਟਰ ਨੂੰ ਇਹਨੂੰ ਵਿੱਚ ਕੱਟ ਲੈਣਗੇ ਉਹ ਅੱਛਾ ਪੁਰਾਣਾ ਵਿੱਚ ਲੈ ਲੈਣਗੇ ਮਾਲ ਯਾਰ ਨਮਾਕੀ ਦੇ ਮੰਗਰ ਲਾਏਗਾ ਪਾ ਕੇ ਨਾ ਮੈਂ ਇਹਦੇ ਮੰਗਰ ਲਿਆ ਮੈਂ ਗੱਡੀ ਮੰਗਰ ਲਾਵਾਂਗਾ ਨਾ ਫਿਰ ਮਾਲਕਾਂ ਨੂੰ ਕਹਿ ਦੇਗੇ ਵੀ ਪੁਰਾਣਾ ਵਿੱਚ ਲੈ ਲਓ ਪੁਰਾਣਾ ਵਿੱਚ ਲੈ ਲਓ ਨਾ ਮੈਂ ਹੱਕ ਦੇ ਓਏ ਹਾਂ ਮੈਂ ਹੱਕ ਦੇ ਆ ਚੱਕ ਲੈ ਮੂਰੇ ਸੰਦ ਚਾ ਚੜਿਆ ਪਿਆ ਬੇਇੱਜ਼ਤੀ ਕਰੀ ਜਾਂਦਾ ਤੂੰ ਤਾਂ ਫਿਰ ਇੱਥੇ ਆ ਕੇ ਐਡੀ ਵੱਡੀ ਫੈਕਟਰੀ 'ਚ ਪੈਟਰੋਲ ਅਗਲੇ ਦੇ ਸਾਹਮਣੇ ਸੈਲਟ ਹੋ ਰਹੀ ਹੈ ਫਿਰ ਚਾਚਾ ਓਏ ਗੱਲ ਸੁਣ ਲਾ ਅਗਲੇ ਦੇ ਹਜ਼ਾਰਾਂ ਬੰਦਾ ਕੰਮ ਕਰਦਾ ਬੇਇੱਜ਼ਤੀ ਕਰਾਂਗਾ ਥੱਲੇ ਉਤਰ ਆ ਜਾ ਅੱਜ ਚੱਲ ਉਤਰ ਯਾਰ ਉਤਰ ਯਾਰ ਨਾਲੇ ਹੋਰ ਉਰੇ ਆ ਇੱਧਰ ਦੀ ਉਤਰ ਕੇ ਪਹਿਲਾਂ ਮੇਰੀ ਗੱਲ ਸੁਣ ਆ ਰਿਹਾ ਆਪਣੇ ਓਏ ਯਾਰ ਦੇਖ ਉਹ ਕੁਛ ਨਹੀਂ ਹੁੰਦਾ ਇਹ ਤਾਂ ਹੁਣ ਕਵਾੜ ਹੈ ਹੁਣ ਉਹ ਆਪਣੇ ਉਰੇ ਆ ਛੁੱਟੇ ਪਈ ਯਾਰ ਉਰੇ ਆ ਜਾ ਯਾਰ ਆ ਜਾ ਮੜਾ ਜਾ ਦੱਸ ਇਹਨੂੰ ਠੀਕ ਹੈ ਨੇ ਉਰੇ ਖੜ ਪਹਿਲਾਂ ਮੇਰੇ ਕੋਲੇ ਆ ਕੇ ਠੀਕ ਹੈ ਨਾ ਹਲੋ ਮੇਰੀ ਰੈ ਨਾਲ ਫੇਰ ਕਰੀ ਕੰਮ ਚਾਚਾ ਠੀਕ ਹੈ ਨਾ ਪਰ ਰੈ ਮਸਵਰੇ ਨਾਲ ਰੈ ਮਸਵਰੇ ਨਹੀਂ ਕਰਾਂਗੇ ਆਪਣੇ ਉਰੇ ਆ ਬਾਈ ਉਰੇ ਮਰ ਉਰੇ ਆ ਜਾ ਯਾਰ ਹਲੋ ਖੜ ਜਾ ਦੇਖੋ ਆ ਰਿਹਾ ਤੇ ਵੀਰਵਾਲ ਲਿਖਿਆ ਹੋਇਆ ਵੀਰਵਾਲ ਕੰਮ ਚਾਚਾ ਗੱਲ ਤਾਂ ਸੁਣ ਲੈ ਵੀਰਵਾਲ ਨੂੰ ਅਕਬਰ ਵੱਡਾ ਚੁੱਪ ਕਰ ਯਾਰ ਤੇ ਆਪਣੇ ਆਪਣਾ ਉਰੇ ਆ ਯਾਰ ਦੱਸ ਯਾਰ ਠੀਕ ਹੈ ਨਾ ਲਾਲ ਰੰਗ ਦਾ ਯਾਰ ਇੱਥੇ ਲੜਾਂਗੇ ਯਾਰ ਨਹੀਂ ਯਾਰ ਗੱਲ ਸੁਣ ਲੈ ਜਿਹੜਾ ਸੰਦ ਲੈਣਾ ਸੁਣਾ ਦੇ ਯਾਰ ਸੁਣਾ ਦੇ ਹੁਣ ਤੂੰ ਮੇਰੀ ਗੱਲ ਇਹਨਾਂ ਦਾ ਮੈਨੇਜਰ ਕੌਣ ਆ ਉਹਨੂੰ ਆਉਂਦਾ ਸਾਰੇ ਆਉਂਦੇ ਉਹ ਦੇਖ ਲਈ ਅਸੀਂ ਮੜਾ ਟਰਾਈ ਮਾਰ ਲਈ ਠੀਕ ਹੈ ਮੈਂ ਸਾਰਾ ਕੁਝ ਦਿਖਾਊਗਾ ਠੀਕ ਹੈ ਮਾ ਬਲਾ ਲਾ ਜਾਂ ਬਲਾ ਲਾ ਚੁੱਪ ਕਰ ਉਹਦੀ ਬਣੀ ਹੋਈ ਹੈ ਉੱਥੇ ਹੈਲੋ ਉਹਦੀ ਬਣੀ ਹੋਈ ਹੈ ਕੰਮ ਬਣੀ ਹੋਈ ਹੈ ਚੁੱਪ ਕਰ ਮੇਜਰ ਨੂੰ ਸਾਥ ਠੀਕ ਹੈ ਨਾ ਆਫਟਰ ਸਾਨੂੰ ਵੀ ਨਾਲ ਜਾ ਦੇਖੋ ਇਹ ਆ ਪੈ ਸੁਪਰ ਸੀਡਰ ਹਾਂ ਚਾਚਾ ਯਾਰ ਕਰਿਆ ਪੈ ਰੰਗ ਪਸੰਦ ਆ ਦੇਖ ਮੈਂ ਕਹਿੰਦਾ ਰੈਂਕ ਬਹੁਤ ਵਧੀਆ ਯਾਰ ਘੈਂਟ ਆ ਚਾਚਾ ਸੋਹਣਾ ਬਹੁਤ ਕਰਾ ਵੀ ਬਣਾਉਂਦੇ ਨੇ ਯਾਰ ਹੈ ਹਾਂ ਚਾਚਾ ਮੈਂ ਨਾ ਬੁਲਟ ਵੀ ਬਣਾਉਂਦੇ ਆ ਇਹ ਉਹ ਬੁਲਟ ਤਾਂ ਖੜਾ ਜਾ ਕੇ ਦਾ ਬੰਦਾ ਚਾਚਾ ਮੈਂ ਤੁਸੀਂ ਆਏ ਹੋ ਹਾਂ ਜੀ ਹਾਂ ਬਾਈ ਸਤਿ ਸ੍ਰੀ ਅਕਾਲ ਬਾਈ ਅਸੀਂ ਲੈਣਾ ਆਪਣਾ ਇਹ ਜਿਹੜਾ ਆਪਣਾ ਹੈਪੀ ਸੀਡਰ ਹੁੰਦਾ ਵਧੀਆ ਲੈਣਾ ਬਾਈ ਓਏ ਅਸੀਂ ਬਾਈ ਪਹਿਲਾਂ ਪੁਰਾਣਾ ਲੈ ਬੈਠੇ ਮੈਂ ਇਹ ਨਾ ਕਵਾੜਾ ਬਾਈ ਬਹੁਤ ਤੰਗ ਕਰਿਆ ਫਿਰ ਅਮਰੇ ਨੇ ਦੱਸਿਆ ਵੀ ਆਪਣੇ ਜਿਹੜੇ ਵੀਰਵਾਲ ਵਾਲੇ ਚੀਮੇ ਵਾਲੇ ਅੱਛਾ ਬਾਈ ਇੱਕ ਗੱਲ ਸਭ ਤੋਂ ਚਾਚਾ ਗੱਲ ਤਾਂ ਮੈਨੂੰ ਗੱਲ ਪੁਰਾਣਾ ਵਿੱਚ ਲੈ ਲਓਗੇ ਹਾਂ ਹਾਂ ਕਰ ਲੈ ਹੁਣ ਤੂੰ ਕਰ ਲੈ ਚਾਚਾ ਕਰ ਲੈ ਜੇ ਹੁਣ ਮੇਰੀ ਗੱਲ ਚ ਵਿੱਚ ਬੋਲਿਆ ਨਾ ਮੈਂ ਨਹੀਂ ਬੋਲਦਾ ਪਰਾ ਹੋ ਗਿਆ ਹੈ ਪਰ ਇਹ ਹੋ ਗਿਆ ਖੜ ਜਾ ਚਲਾਉਣਾ ਤਾਂ ਮੈਂ ਹੀ ਆ ਫਿਰ ਮੈਂ ਮਾਲਕ ਆ ਯਾਰ ਤੂੰ ਤਾਂ ਕਰ ਮਾਲਕ ਹੈ ਤੂੰ ਵੱਡਾ ਤੂੰ ਅੱਜ ਦਾ ਮਾਲਕ ਮੈਂ ਕੱਲਾ ਓਏ ਚੁੱਪ ਕਰ ਜਾ ਮੇਰੇ ਬਾਪ ਚੁੱਪ ਕਰ ਜਾ ਗੱਲ ਕਰ ਲਿਆ ਗੱਲ ਹਾਂ ਬਾਈ ਗੱਲ ਇਹ ਲੁੱਚਾ ਲੈਣਾ ਚੌਧਰੀ ਰੁੰਡੀ ਦਾ ਨੰਬਰ ਦੇ ਅੱਜ ਕਰ ਲਿਆ ਯਾਰ ਮੇਰਾ ਸਾਖ ਹਾਂ ਬਾਈ ਉਰੇ ਆ ਯਾਰ ਉੱਥੇ ਦਫ਼ਤਰ ਬੈਠੀ ਕਿ ਇੱਥੇ ਬੈਠੀ ਦਫ਼ਤਰ ਚ ਬੈਜਾ ਨੇ ਬਾਈ ਆਮਣੇ ਨੂੰ ਬੁਲਾ ਯਾਰ ਅਸੀਂ ਗੱਲ ਇਹ ਆ ਲਿਖ ਬਾਈ ਅਸੀਂ ਪਿਛਲੇ ਸਾਲ ਲੈਤਾ ਸੀਗਾ ਉਹ ਸੁਪਰ ਸੀਡਰ ਖੜ ਜਾ ਯਾਰ ਮੈਂ ਤੈਨੂੰ ਕੀ ਕਹਿੰਦਾ ਯਾਰ ਫਿਰ ਪੰਗੇ ਕੋਲ ਨਾ ਛੱਡ ਯਾਰ ਗੱਲ ਕਰ ਲੈ ਕਰ ਲੈ ਚੱਲ ਆਪਾਂ ਦਫ਼ਤਰ ਚ ਬੈਠੀ ਖੜ ਜਾ ਯਾਰ ਇੱਕ ਮਿੰਟ ਯਾਰ ਗੱਲ ਆਇਆ ਬਾਈ ਉਹ ਪਿਛਲੇ ਸਾਲ ਅਸੀਂ ਲੈਤਾ ਸੀ ਯਾਰ ਉਹਨੇ ਪੂਰਾ ਸੀਜ਼ਨ ਲਾਇਆ ਨਹੀਂ ਹੈਗਾ ਯਾਰ ਉਹ ਉੱਥੇ ਖੜ ਗਿਆ ਯਾਰ ਉਹ ਸੁਪਰ ਸੀਡਰ ਸਾਰਾ ਭੰਨਿਆ ਗਿਆ ਯਾਰ ਸਾਰਾ ਭੰਨਿਆ ਗਿਆ ਹੁਣ ਗੱਲ ਆਇਆ ਬਈ ਕਿ ਖੜ ਜਾ ਯਾਰ ਆ ਓ ਯਾਰ ਮੈਂ ਤੇਰੇ ਚੁੰਡੀਆਂ ਵੜਦਾ ਆਫਟਰ ਆਲ ਮੈਨੂੰ ਵੀ ਦੇਖਣ ਦੇ ਮੇਰੀ ਵੀ ਜ਼ਿੰਮੇਵਾਰੀ ਹੈ
ਆਪਣੇ ਕੋਲੇ ਜਿਹੜਾ ਪਹਿਲਾਂ ਸੀ ਉਹ 7 ਫੁੱਟਾ ਸੀ ਆਪਾਂ 8 ਫੁੱਟਾ ਲੈਣਾ ਬਾਈ ਇਹ ਕਿੰਨੇ ਫੁੱਟ ਹੈ ਇਹ 8 ਫੁੱਟ ਹੈ ਜੀ ਇਹ ਅੱਛਾ ਤੁਹਾਡੇ ਕੋਲ ਟਰੈਕਟਰ ਕਿਹੜਾ ਜੀ ਆਪਣੇ ਕੋਲ ਆ ਟਰੈਕਟਰ ਦਾ ਹਿਸਾਬ ਲਾ ਲਾ ਜਹਾਜ਼ ਆ ਯਾਰ ਇਹਦਾ 8 ਫੁੱਟ ਹੀ ਚੱਲੂਗਾ ਜੀ 7 ਫੁੱਟਾ ਤਾਂ ਤੁਸੀਂ ਇਹਦੇ ਤੋਂ ਤੇਲ ਦਾ ਖਰਚ ਹੀ ਕਰੋਗੇ ਇਹਦੇ ਵਿੱਚ ਬਾਈ ਕੀ ਖਾਸੀਅਤ ਹੈ ਹੋਰ ਇਹਦੇ ਆਪਾਂ ਪਹਿਲਾਂ ਤਾਂ ਜੈਨ ਡਰਾਈਵ ਹੁੰਦੀ ਸੀ ਜੀ ਅੱਛਾ ਉਹ ਟੁੱਟ ਜਾਂਦੀ ਸੀ ਆਪਾਂ ਗੇਅਰ ਦਿੱਤਾ ਹੈ ਜੀ ਇਹਦੇ ਕਿੱਥੇ ਆ ਗੇਅਰ ਆ ਸੀਗਾ ਜੀ ਇਸ ਸਾਈਡ ਆਪਣਾ ਆ ਗੇਅਰ ਲਾਇਆ ਜੀ ਆਪਾਂ ਪਹਿਲਾਂ ਇੱਥੇ ਚੈਨ ਹੁੰਦੀ ਸੀਗੀ ਅੱਛਾ 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 ਇਹ ਨਵੀਂ ਤਕਨੀਕ ਹੈ ਹਾਂ ਇਹ ਨਵੀਂ ਤਕਨੀਕ ਹੈ ਜੀ ਚਾਚਾ ਇਸ ਵਾਰੀ ਚਾਚਾ ਓ ਚੁੱਪ ਕਰ ਜਾ ਯਾਰ ਕਰਨਾ ਬਹੁਤ ਸੌਖਾ ਇੱਥੇ ਬੰਦਾ ਰੇ ਤੇਲ ਦੇਖ ਸਕਦਾ ਓ ਦੇਖ ਲਈ ਯਾਰ ਇੱਕ ਮਿੰਟ ਖੜ ਜਾ ਬਹੁਤ ਸੋਹਣਾ ਵੀ ਬਹੁਤ ਸੋਹਣਾ ਤੇ ਹੋਰ ਕਿਹੜਾ ਰੰਗ ਇਹਦੀ ਟੈਂਕੀ ਦੀ ਹੈਡ ਵੀ ਘੱਟ ਰੱਖੀ ਹੋਈ ਹੈ ਜੀ ਅੱਛਾ ਜਿਹਦੇ ਨਾਲ ਰੇ ਤੇਲ ਉਹ ਜਿਹੜਾ ਸੌਖਾ ਹੈ ਅੱਛਾ ਪਾਉਣਾ ਸੌਖਾ ਚਾਚਾ ਆ ਦੇਖ ਆ ਚੱਕੋ ਹਾਂ ਵੀ ਪਾਉਣਾ ਤੇ ਰੇ ਪਾਉਣਾ ਸੌਖਾ ਚਾਚਾ ਦੇਖ ਰਹਾ ਆ ਦੇਖ ਚਾਚਾ ਦੋਨੇ ਖੁਰਨੀਆਂ ਬਹੁਤ ਸੋਹਣੀਆਂ ਬਣੀਆਂ ਕਣਕ ਬੀਜ ਕੇ ਮੱਝਾਂ ਨੂੰ ਪੱਠੇ ਪਾ ਦੇ ਕਰ ਉਸ ਤਰ੍ਹਾਂ ਯਾਰ ਆਇਆ ਬਹਾਨਾ ਦੇਖ ਲੈ ਹੱਸਦਾ ਚਾਚਾ ਬਹੁਤ ਸੋਹਣਾ ਬਣਿਆ ਬਈ ਬਹੁਤ ਸੋਹਣਾ ਬਣਿਆ ਬਈ ਆ ਤਾਂ ਇੱਕ ਗੱਲ ਹੈ ਕਮਾਲ ਕਰਤੀ ਵੀ ਵੀਰਵਾਲ ਵਾਲਿਆਂ ਨੇ ਇਹਦਾ ਸਿਰਾ ਲਾਇਆ ਟਰੈਕਟਰ ਬਣਾਏ ਨੇ ਜੀ ਇਹ ਇਹ ਰੋਟਾਵੀਟਰ ਨੇਗੇ ਹਾਂਜੀ ਹਾਂ ਅੱਛਾ ਇਹ ਰੋਟਾਵੀਟਰ ਹੈ ਚਾਚਾ ਹਾਂਜੀ ਹਾਂ ਰੋਟਾਵੀਟਰ ਹੈ ਇਹ ਰੰਗ ਬਹੁਤ ਸੋਹਣਾ ਬਈ ਹਾਂਜੀ ਆ ਕੀ ਆ ਗਿਆ ਜੀ ਇਹ ਵੀ ਸੁਪਰ ਹੀਟਰ ਆ ਗਿਆ ਜੀ ਇਹ ਵੀ ਸੁਪਰ ਸੀਟਰ ਹੈ ਜੀ ਇਹ ਕਿੰਨੇ ਫੁੱਟ ਆ ਬਾਈ 8 ਫੁੱਟ ਆ ਜੀ 8 ਫੁੱਟ ਆ ਹਾਂਜੀ ਹਾਂ ਠੀਕ ਆ ਬਹੁਤ ਸੋਹਣਾ ਬਾਕੀ ਆਮਣੇ ਨੇ ਮੈਨੂੰ ਦੱਸਿਆ ਸੀ ਉਹਨਾਂ ਨਾਲ ਆਪਣੀ ਘਰ ਵਾਲੀ ਗੱਲ ਆ ਤੁਹਾਨੂੰ ਆਪਾਂ ਨਵਾਂ ਮਾਡਲ ਡਿਸਕ ਵਾਲਾ ਮਾਡਲ ਹੀ ਦੇਵਾਂਗੇ ਆਮਣੇ ਨਾਲ ਤੁਹਾਡੀ ਗੱਲ ਹੋਈ ਹੈ ਹਾਂਜੀ ਹਾਂ ਆਪਣੇ ਘਰ ਵਾਲਾ ਬੰਦੀ ਆ ਜੀ ਚਾਚਾ ਜਿਹੜਾ ਅਮਨ ਆਮਨਾ ਬੜਾ ਕਰੀ ਜਾਂਦੇ ਕਿਤੇ ਕਮਿਸ਼ਨ ਤਾਂ ਨਹੀਂ ਠੋਕੀ ਉਹ ਨਹੀਂ ਯਾਰ ਪਿੰਡ ਦਾ ਬੰਦਾ ਯਾਰ ਚਾਚੇ ਤਾਂ ਗੱਲ ਕਰਨ ਦਾ ਕੋਈ ਕਿਉਂ ਪਕਾਈ ਮਾਰਦਾ ਉਹਨਾਂ ਕੁੱਤੇ ਵਾਲੀ ਚੱਲ ਕੋਈ ਨਹੀਂ ਚਾਚਾ ਜੀ ਚੱਲ ਗਰਮ ਨਾ ਹੋ ਠੰਡਾ ਰਿਹਾ ਕਿ ਅੱਛਾ ਤੇਰਾ ਹੋਰ ਵੀ ਕੋਈ ਬੰਦਾ ਹੈਗਾ ਮੈਂ ਉਹਨੂੰ ਬੁਲਾ ਹਾਂਜੀ ਹਾਂ ਬੁਲਾ ਲੈ ਫੋਰ ਮੈਂ ਬੁਲਾ ਕਰਾਂ ਬੁਲਾ ਬਾਈ ਜੀ ਆਇਓ ਇਹ ਕਿਹੜਾ ਇਹ ਆਪਣਾ ਇਹ ਵੀ ਸੁਪਰ ਹੀਟਰ ਹੈ ਜੀ ਸੁਪਰ ਹੀਟਰ ਹੈ ਜੀ ਇਹ ਕਿੰਨੇ ਫੁੱਟਾਂ ਇਹ ਵੀ 8 ਫੁੱਟ ਹੈ ਜੀ ਇਹ ਵੀ 8 ਫੁੱਟ ਹੈ ਵੈਰੀ ਗੁੱਡ ਵੈਰੀ ਨਾਈਸ ਹੋਰ ਜੀ ਬਾਈ ਠੀਕ ਹੋ ਹਾਂਜੀ ਕੀ ਹਾਲ ਹੈ ਫੋਰਮੈਨ ਸਾਹਿਬ ਆਫਟਰ ਆਲ ਮੈਂ ਵੀ ਫੋਰਮੈਨ ਹੈ ਜੀ ਖੇਤ ਟਰੈਕਟਰ ਖੋਲ ਵਾਲੇ ਦਾ ਬਹੁਤ ਖੁਸ਼ੀ ਹੋਈ ਦੱਸਣਾ ਆਪ ਟੈਸਟ ਮੋਡਲ ਬਾਰੇ ਦਿਖਾਉਣੇ ਹਾਂ ਜੀ ਟੈਸਟ ਮੋਡਲ ਹਾਂ ਥੈਂਕ ਯੂ ਹੋਰ ਬਾਈ ਠੀਕ ਠਾਕ ਹੋ ਹੋਰ ਬਾਈ ਕੀ ਹਾਲ ਆ ਆਪਣੇ ਚੁੱਪ ਕਰੋ ਆਪਣੇ ਕਿਸਾਨ ਭਰਾ ਕਿਸਾਨ ਭਰਾ ਕਿਸਾਨ ਮਜ਼ਦੂਰ ਏਕਤਾ ਅੱਛਾ ਫੋਰਮੈਨ ਫੋਰਮੈਨ ਕਿੱਥੇ ਆ ਇਹਦੇ ਵਿੱਚ ਹੋਰ ਨਵਾਂ ਕੀ ਕੀ ਪਾਇਆ ਬਾਈ ਤੁਸੀਂ ਨਵਾਂ ਇਹਦੇ ਵਿੱਚ ਬਾਈ ਜੀ ਹੈ ਮੂਰੋਂ ਤਾਂ ਰੋਟਾਵੇਟਰ ਤਾਂ ਦੇਖੋ ਸਭ ਦੇ ਸੇਮ ਹੀ ਨੇ ਹਾਂ ਠੀਕ ਹੈ ਜੀ ਨੰਬਰ ਦੂਸਰਾ ਇਹਦੇ ਵਿੱਚ ਝੋਲੀ ਪੈ ਕੇ ਆਪਣਾ ਵੀ ਰੋਕਣ ਲੱਗ ਜਾਂਦਾ ਠੀਕ ਹੈ ਨਾ ਜੀ ਡੰਡਾ ਪਾ ਕੇ ਕੱਢਣਾ ਪੈਂਦਾ ਸੀ ਹਾਂਜੀ ਬਸ ਡੰਡਾ ਪਾ ਕੇ ਕੱਢਣਾ ਪੈਂਦਾ ਹੈ ਪ੍ਰੋਬਲਮ ਨਹੀਂ ਆਉਗੀ ਤੁਹਾਨੂੰ ਹਾਂ ਇਹਦੇ ਵਿੱਚ ਜ਼ਿਆਦਾਤਰ ਕੀ ਕਰਦੀਆਂ ਨੇ ਕੰਪਨੀ ਟੈਂਕੀ ਨੂੰ ਪਿੱਛੇ ਚੱਕ ਕੇ ਰੱਖ ਦਿੰਦੀਆਂ ਨੇਗੀਆਂ ਹੈਡ ਘਟ ਜਾਂਦੀ ਹੈ ਇਹ ਤਾਂ ਸਾਰਾ ਬਾਈ ਖੁੱਲ ਜਾਂਦਾ ਉਹ ਕੱਦੂ ਵਾਲੇ ਇਹ ਸਾਰਾ ਖੁੱਲਦਾ ਹੀ ਡਾਲਾ ਨਾਲ ਮਿਲੂ ਸਪ੍ਰਿੰਗ ਨਾਲ ਮਿਲੂਗਾ ਅੱਛਾ ਕੱਦੂ ਜਦੋਂ ਕਰਨਾ ਹੈ ਵੱਡਾ ਵਾਲਾ ਕੰਮ ਰੂਟਾ ਵੀ ਬਣ ਜੂਗਾ ਸੁਪਰ ਸੀਡਰ ਵੀ ਬਣ ਜੂਗਾ ਇਹਦਾ ਮਤਲਬ ਇਹ ਹੈਗਾ ਵੀ ਸੋਨੇ ਤੇ ਸਾਗਾ ਹੋ ਗਿਆ ਹਾਂ ਕੰਨੀ ਚੀਜ਼ ਨਹੀਂ ਗਿਆ ਬਸ ਆਪਾਂ ਸੋਨੇ ਤੇ ਸਾਗਾ ਹੀ ਬਣਾਇਆ ਇਹ ਹਾਂਜੀ ਅੱਛਾ ਬਾਈ ਇਹਦਾ ਗੇਅਰ ਕਿੱਥੇ ਆ ਗੇਅਰ ਵਾਲਾ ਗੇਅਰ ਬਾਈ ਜੀ ਇਹਦੇ ਇੱਧਰ ਹੈ ਜੀ ਅੱਛਾ ਇੱਧਰ ਸਾਈਡ ਤੇ ਹਾਂ ਆ ਗੇਅਰ ਆ ਬਾਈ ਗੇਅਰ ਸੁਣ ਬਾਈ ਜੀ ਦਿਖਾਉਨੇ ਆ ਥੱਲੇ ਵਾਲੇ ਪਾਸੇ ਪਹਿਲਾਂ ਇੱਥੋਂ ਚੈਨ ਹੁੰਦੀ ਸੀ ਜੀ ਜਿਹਦੀ ਜ਼ਿਆਦਾਤਰ ਟੁੱਟਣ ਦੀ ਦਿੱਕਤ ਆਉਂਦੀ ਸੀ ਹਾਂ ਹਾਂ ਆ ਉਹੀ ਤੋੜ ਕੇ ਆ ਪੁਰਾਣੇ ਜੀ ਪੁਰਾਣੇ ਦੇ ਵਿੱਚ ਚੈਨ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਅੱਛਾ ਰੂਟਾਵੇਟਰ ਦਾ ਰੂਟਾਵੇਟਰ ਸੁਪਰ ਸੀਡਰ ਦਾ ਸੁਪਰ ਸੀਡਰ ਇਹ ਗੇਅਰ ਆ ਗਿਆ ਜੀ ਹਾਂਜੀ ਇਹ ਉੱਪਰ ਚੈਨ ਆ ਬਸ ਇਹਦਾ ਲੋਕ ਕੱਢੋ ਇਹਦਾ ਰੂਟਾਵੇਟਰ ਬਣ ਜਾਣਾ ਜੀ ਆਹਾਂ ਚੈਨ ਦੀ ਇਹਦੇ ਵਿੱਚ ਦਿੱਕਤ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਰੂਟਾਵੇਟਰ ਬਣਾਉਣਾ ਬਸ ਇੱਥੋਂ ਹੀ ਆਪਣਾ ਗੇਅਰ ਅਲੱਗ ਲੈ ਜਾਣਾ ਜੀ ਸਾਰਾ ਇਹ ਇਧਰੋਂ ਚੈਨ ਕੱਢ ਕੇ ਮੈਂ ਡਾਲਾ ਪੈ ਜਾਣਾ ਕੋਈ ਟੁੱਟਣ ਦੀ ਪ੍ਰੋਬਲਮ ਨਹੀਂ ਕੋਈ ਲਾ ਉਤਰਾ ਹੁਣ ਕਰਾਂ ਜਿਹੜੀ ਤੂੰ ਚੈਨ ਖੇਤ ਤੋੜੀ ਬੈਠਾ ਸੀ ਨਾ ਹਾਂ ਉਹਦਾ ਸਿਆਪਾ ਮੁੱਕ ਗਿਆ ਓ ਚਾਚਾ ਦਾ ਮਜ਼ਬੂਤ ਹੀ ਵਾਲਾ ਤੁਹਾਨੂੰ ਡਾਲਾ ਸ਼ੌਕ ਕਰਾ ਦੇਵਾਂਗੇ ਰੋਟਾਵੇਟਰ ਬਣਾਉਣਾ ਵੀ ਸੌਖਾ ਹੈ ਅੱਛਾ ਉਹ ਕੰਪਲੀਟ ਨਾਲ ਹੁਣ ਆ ਦੇਖ ਲੈ ਚਾਚਾ ਕੁੰਡਾ ਵੰਡੀ ਕੁੱਟ ਦੇਵਾ ਫੜਾ ਦੇ ਸਕਨ ਆਪਣੇ ਨੂੰ ਪਸੰਦ ਆ ਬਈ ਇਹ ਗਵਰਨਮੈਂਟ ਵੱਲੋਂ 50% ਸਬਸਿਡੀ ਆਈ ਹੈ ਜੀ ਲੈ ਸੋਨੇ ਦਾ ਸੁਹਾਗਾ 50% ਸਬਸਿਡੀ ਵੀ ਹੈ ਹਾਂ ਯਾਰ ਹੋਰ ਬਹੁਤ ਮਾਲਾ ਯਾਰ ਲਾਈ ਕਰੀ ਹੋਈ ਆ ਲਾਹਾ ਲੈਣਗੇ ਹੀ ਲੋਕ ਬਹੁਤ ਇਹ ਤਾਂ ਫਾਰਮ ਫੂਨ ਫਾਰਮ ਫੂਨ ਤਾਂ 15 ਤਰੀਕ ਦੀ ਉਹਦਾ ਨਾਂ ਕੀ ਹੋਣਾ ਆ ਰਹੀਆਂ ਨੇ ਬਸ ਅਗਲੇ ਮਹੀਨੇ ਚਲ ਠੀਕ ਆ ਉਹ ਅੱਜ ਫਾਈਨਲ ਕਰ ਲੈ ਵਧੀਆ ਰਹੇਗਾ ਓਏ ਤੂੰ ਐ ਕਰ ਹੈਲੋ ਮੈਂ ਇਹਨਾਂ ਦਫ਼ਤਰੇ ਫਾਈਨਲ ਕਰਕਣਾ ਤੂੰ ਟ੍ਰੈਕਟਰ ਲੈ ਕੇ ਪਾ ਕੇ ਲੈ ਮੈਂ ਚਾਚਾ ਪਾ ਕੇ ਜਾਂਦਾ ਠੀਕ ਹੈ ਆਫਟਰ ਆਲ ਥੈਂਕ ਯੂ ਠੀਕ ਹੈ ਚਾਚਾ ਦਾ ਬੜਾ ਮਜ਼ਬੂਤ ਬਣਾਤਾ ਬਾਈ ਤੁਸੀਂ ਇਹਦਾ ਮੈਂ ਇਹਨਾਂ ਗੱਲ ਸੁਣ ਲੈ ਪੰਜਾਬ ਚ ਨੰਬਰ 1 ਆ ਓਏ ਆ ਦੇਖ ਲੈ ਇੱਧਰ ਸਮਾਰ ਕੇ ਮਲਾਈ ਬਣਾਉਂਦਾ ਤੁਰੇ ਜਾਓ ਇਹਦਾ ਸਾਰੇ ਕਿਸਾਨਾਂ ਨੂੰ ਕਹਿੰਦਾ ਲੈ ਕੇ ਇਹ ਜਾਓ ਇਹਦਾ ਮਲਾਈ ਬਣਾਉਂਦਾ ਤੁਰੇ ਜਾਓ ਲੈ ਕਹਿੰਦਾ ਹੁਣ ਗੱਲ ਪਤਾ ਕੀ ਆ ਅਸਲ ਦੇ ਵਿੱਚ ਮੈਂ ਇਹ ਪੈਸੇ ਲਾਏ ਪਤਾ ਕਿਉਂ ਨੇਗੇ ਤੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਆਇਆ ਕਿਉਂ ਹਾਂ ਤੈਨੂੰ ਅਸਲ ਦਾ ਗੱਲ ਪਤਾ ਕੀ ਦੱਸੋ ਚਾਚਾ ਆਇਆ ਮੈਂ ਤਾਂ ਲੈਣ ਆਇਆ ਸੁਪਰ ਸੀਡਰ ਕਿ ਆਪਾਂ ਜਿਹੜਾ ਪਰਾਲੀ ਨੂੰ ਅੱਗ ਨਹੀਂ ਲਾਉਣੀ ਹਾਂ ਸਮਝ ਗੱਲ ਵੀ ਸੁਣ ਲੈ ਹਾਂ ਸੁਣਾ ਚਾਚਾ ਹੁਣ ਠੀਕ ਠੀਕ
ਕਰਚਿਆਂ ਨੂੰ ਅੱਗ ਲਾਉਣੀ ਨਹੀਂ ਤਾਂ ਸੁਪਰ ਸੀਡਰ ਦੇ ਪੈਸੇ ਲਾਏ ਨੇ ਊਣੀ ਲਾਏ ਮੈਂ ਊਣੀ ਤੇਰੇ ਨਾਲ ਅੱਜ ਚੜ ਕੇ ਤੁਰਾਇਆ ਫੂਸ ਪਰਾਲ ਵਿੱਚ ਹੀ ਰੋਲ ਤੂੰ ਦੇਖਣ ਵੀ ਨਹੀਂ ਦਿੰਦਾ ਤੁਹਾਨੂੰ ਲੈ ਹਾਂ ਐਂ ਕਰ ਦਿੰਦਾ ਬਰਾਬਰ ਠੀਕ ਹੈ ਨਾ ਮੈਂ ਇਹ ਮੱਕੀ ਬੀਜਣ ਖਾਤਰ ਨਹੀਂ ਲਿਆ ਮੈਂ ਇਹ ਕਣਕ ਬੀਜਣ ਖਾਤਰ ਉਹਦੇ ਪੈਸੇ ਲਾਏ ਨਾਲੇ ਟਰੈਕ ਲੋਡ ਨਹੀਂ ਲਊਗਾ ਕੋਈ ਸਫਾਈ ਚ ਨਹੀਂ ਘਟੂਗਾ ਇਹਦੇ ਵਿੱਚ ਜੀ ਸੋਨੇ ਕੋ ਚੀਜ਼ ਦੱਸਦਿਆਂ ਜੀ ਸੁਣ ਲਾ ਮੁੰਡੇ ਦੀ ਗੱਲ ਸੁਣ ਲੈ ਮੁੰਡੇ ਦੀ ਗੱਲ ਸੁਣ ਲੈ ਕੋਈ ਜ਼ਿਆਦਾਤਰ ਕੰਪਨੀਆਂ ਨੇ ਸਾਨੂੰ 3 ਸਪੀਡ ਟਰੈਕਟਰ ਚਾਹੀਦਾ ਜੀ 7 ਫੁੱਟਾ ਕਿਸੇ ਵੀ 2 ਸਪੈਟਰ ਦੇ 855 ਤੇ ਸੋਨਾਲੀਕਾ ਤੇ ਕਿਸੇ ਤੇ ਵੀ ਤੁਸੀਂ ਚਲਾ ਸਕਦੇ ਲੈ ਕੋਈ ਤੁਹਾਨੂੰ ਵੱਡਾ ਟਰੈਕਟਰ ਲੈਣ ਦੀ ਲੋੜ ਨਹੀਂ ਠੀਕ ਹੈ ਜੀ ਚਲਾਉਣ ਵਾਲੇ ਅਸੀਂ ਬੈਠੇ ਹਾਂ ਕਿਸੇ ਵੀ ਤਰ੍ਹਾਂ ਦੀ ਅੱਧੀ ਰਾਤ ਨੂੰ ਫੋਨ ਕਰੋ ਸਾਡਾ ਬੰਦਾ ਪਹੁੰਚੂ ਖੇਤ ਜਾ ਕੇ ਠੀਕ ਕਰਾਂਗੇ ਸਰ ਬਸ ਵੀ ਫੀਲਡ ਦੀ ਦਿੱਤੀ ਹੋਈ ਹੈ ਖੇਤ ਸਮਾਰ ਕੇ ਆਉਣਗੇ ਜੇ ਕੋਈ ਇਸ ਤਰ੍ਹਾਂ ਦੀ ਗਰੰਟੀ ਪੂਰੇ ਸੀਜ਼ਨ ਦੀ ਹੈ ਹਾਂ ਜੀ ਪੂਰੇ ਸੀਜ਼ਨ ਦੀ ਪੂਰੇ ਸੀਜ਼ਨ ਦੀ ਗਰੰਟੀ ਹੈ ਓਏ ਬਾ ਠੀਕ ਹੈ ਚਾਚਾ ਤੂੰ ਉਧਰ ਹਿਸਾਬ ਕਿਤਾਬ ਕਰ ਸੇਠਾ ਨਾ ਜਾ ਕੇ ਮੈਂ ਪਾਵਾਂ ਸੋਨੇ ਦੀ ਕੇ ਮਗਰ ਠੀਕ ਹੈ ਨਾ ਜਾ ਪਾ ਕਰਾ ਆ ਜਾ ਭਾਈ ਆਪਾਂ ਕਰਕੇ ਗਏ ਫਿਰ ਹਿਸਾਬ ਹਾਂ ਚਾਚਾ ਹਾਂ ਚਾਚਾ ਉਧਰ ਮੈਂ ਨਮੇੜਤਾ ਸਾਰਾ ਹਿਸਾਬ ਕਿਤਾਬ ਹਾਂ ਚਾਚਾ ਲੈ ਹੁਣ ਜਾ ਕੇ ਨਾ ਹਾਂ ਮੈਂ ਆ ਗਿਆ ਤੇਰੇ ਪਿੱਛੇ ਮੱਕੀ ਬੀਜ ਦੇ ਠੀਕ ਹੈ ਚਾਚਾ ਇੱਕ ਗੱਲ ਕਹਿਣਾ ਵੀ ਜਿਵੇਂ ਮੇਰੀ ਗੱਲ ਸੁਣ ਸਾਨੂੰ ਅੱਗ ਲਾਉਣ ਦੀ ਲੋੜ ਨਹੀਂ ਤੂੰ ਐਂ ਤੋਂ ਰਹਿਤ ਹੋ ਗਏ ਨਾਲੇ ਮੇਰੀ ਇੱਕ ਗੱਲ ਸੁਣ ਸਾਰਿਆਂ ਨੂੰ ਕਣਕ ਇਹਦੇ ਨਾਲ ਹੀ ਹੈਪੀ ਸੁਪਰ ਸੀਡਰ ਨਾਲ ਹੀ ਬੀਜਣੀ ਚਾਹੀਦੀ ਹੈ ਨਾਲੇ ਜੀ ਨੂੰ ਮੈਂ ਤਾਂ ਸਾਰਿਆਂ ਨੂੰ ਦੱਸੂੰ ਵੀ ਚੀਮੇ ਜਾ ਕੇ ਤੁਸੀਂ ਲਓ ਨਾ ਤੇ ਆਪਣਾ ਕਹੀ ਸਾਨੂੰ ਬਹੁਤ ਬਹੁਤ ਨਵੇਂ ਸੁਪਰ ਹੈਪੀ ਸੀਡਰ ਦੀ ਥੈਂਕ ਯੂ ਚਾਚਾ ਨਾ ਪਤਾ ਕੀ ਇਹਦਾ ਲੈ ਦੱਸ ਦੱਸ ਕੀ ਆ ਨਾ ਓ ਵੀਰਵਾਲ ਵਾਲਿਆਂ ਦਾ ਹੈ ਹਾਂ ਵੀਰਵਾਲ ਚੀਮੇ ਰੋਡ ਤੇ ਠੀਕ ਆ ਹੈਪੀ ਸੁਪਰ ਸੀਡਰ ਆਪਣੇ ਪਿੰਡ ਵਾਲਿਆਂ ਸਾਰਿਆਂ ਨੂੰ ਜਾ ਕੇ ਦੱਸ ਦੇ ਸਾਰਿਆਂ ਦਾ ਮੈਂ ਰੌਲਾ ਪਾਣਾ ਗੁਰੂ ਘਰ ਹੋਕਾ ਦਵਾਉਂਗਾ ਮੈਂ ਕੀ ਦਵਾਏਗਾ ਜਾ ਕੇ ਵੀ ਤੁਸੀਂ ਭਾਈ ਹੈਪੀ ਸੁਪਰ ਸੀਡਰ ਚੀਮੇ ਵਾਲਿਆਂ ਤੋਂ ਲਓ ਵੀਰਵਾਲ ਵਾਲਿਆਂ ਤੋਂ ਬਾ ਠੀਕ ਆ ਚੰਗਾ ਆ ਜਾ ਕੇ ਫੋਨ ਨੰਬਰ ਦੇ ਦੇ ਇਹਨਾਂ ਦਾ ਫੋਨ ਨੰਬਰ ਦੇ ਦੇਣਾ ਡਾਟਾ ਫੋਨ ਨੰਬਰ ਕਿੰਨਾ ਵੀਰਵਾਲ ਮੈਨੂੰ ਪਤਾ ਬਾਕੀ ਦਾ ਕਮਰ ਖਰਚਾ ਬੰਦ ਕਰ ਲਾ ਫੋਨ ਨੰਬਰ ਤਾਂ ਦੱਸ ਦੀ ਪਿੰਡ ਜਾ ਕੇ ਫੋਨ ਨੰਬਰ ਬੋਲਦਾ ਬੋਲ ਕਿਹਨਾਂ ਦਾ ਫੋਨ ਨੰਬਰ 9157001624 9157 99 ਯਾਰ 9157 9157 01624 01624 ਜਿਹਨੇ ਵੀ ਕੰਟੈਕਟ ਕਰਨਾ ਇਸ ਨੰਬਰ ਤੇ ਕਰ ਲੋ ਤੇ ਰੂਟਾਵੀਟਰ ਲੈ ਕੇ ਜਾਓ ਭਰਾਵੋ ਵਾਤਾਵਰਨ ਸਾਫ਼ ਕਰਨਾ ਆਪਾਂ ਓਏ ਗੱਲ ਮੇਰੀ ਧਿਆਨ ਨਾਲ ਸੁਣ ਲੈ ਜਾ ਕੇ ਮੱਕੀ ਬੀਜ ਤੇ ਨਾਲੇ ਜੇ ਕਿਸੇ ਨੇ ਹੋਰ ਪੁੱਛਿਆ ਪਤਾ ਕੀ ਕਹੇਗਾ ਕੀ ਕਹ ਜਿਹੜਾ ਸਰਾਮ ਵਾਲਾ ਰੋਡ ਹੈ ਹਾਂ ਗ੍ਰਿਡ ਦੇ ਸਾਹਮਣੇ ਇਹਨਾਂ ਦੀ ਆ ਵਰਕਸ਼ਾਪ ਬਣੀ ਹੋਈ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਸਨਾਮ ਰੋਡ ਤੇ ਵੀਰਵਾਲ ਵਾਲਿਆਂ ਦੀ ਵੈਰੀ ਗੁੱਡ ਠੀਕ ਹੈ ਬਾਕੀ ਉਹ ਡੱਬਾ ਲੈ ਆਈ ਹੋਰ ਮੈਂ ਨਾਲ ਹੀ ਚੱਕਰ ਮਿਲਾ ਕੇ ਦਿੱਤੇ ਕੋਈ ਚੱਕਰ ਨਹੀਂ ਆਉਂਦਾ ਇਹਨੂੰ ਓਏ ਜਾਨਾ ਚਾਚਾ ਨਾਲੇ ਗੱਲ ਸੁਣ ਮੱਕੀ ਮੁੱਕੀ ਦਾ ਬਾਅਦ ਵਿਜੂ ਪਹਿਲਾਂ ਸਾਰੇ ਪਿੰਡ ਤੋਂ ਦੀ ਗੇੜੇ ਕੱਢੂ ਆਫਟਰ ਆਲ ਵੀਰਵਾਲ ਵਾਲਿਆਂ ਦੇ ਅਸੀਂ ਹੈਪੀ ਸੁਪੀ ਸੁਪਰ ਸੀਡਰ ਲਿਆਂਦੇ ਤੁਸੀਂ ਵੀ ਲਿਆਓ ਲੋਕ ਮੱਚਣਗੇ ਬਹੁਤ ਚੱਲ